ਕੁਲਦੀਪ ਔਰ ਅੱਜ ਜਿਹੜੀ ਫਿਲਮ ਦਾ ਰਿਵਿਊ ਸਟਾਰਟ ਹੋਇਆ ਹੈ ਅਸੀਂ ਉਹਦੇ ਬਾਰੇ ਕੁਝ ਪੁੱਛਣ ਜਾ ਰਹੇ ਹਾਂ ਆਡੀਅੰਸ ਜੀ ਸਰਮਤ ਜੀ ਇਸਤੇ ਬਾਰੇ ਕੁਝ ਦੱਸੋ ਹਾਂ ਬਹੁਤ ਵਧੀਆ ਫਿਲਮ ਆ ਪਰਿਵਾਰਕ ਫਿਲਮ ਆ ਜਿਹਦੇ 'ਚ ਘਰੇਲੂ ਜਿਹੜੇ ਪਿਛਲੇ ਜਿਹੜੇ ਸਾਡਾ ਸੱਭਿਆਚਾਰ ਸੀਗਾ ਉਹਨੂੰ ਦਰਸਾਉਂਦੀ ਆ ਇਹ ਉਹਦੇ 'ਚ ਦੱਸਿਆ ਗਿਆ ਵੀ ਕਿੱਦਾਂ ਜਿਹੜੇ ਪੁਰਾਣੇ ਪਰਿਵਾਰ ਸੀਗੇ ਇਕੱਠੇ ਰਹਿੰਦੇ ਸੀਗੇ ਬੜਾ ਵਧੀਆ ਫਿਲਮ ਆ ਪਰਿਵਾਰ ਨਹੀਂ ਹੈਗਾ ਜਿਹਦੇ ਨਾਲ ਸਾਨੂੰ ਅੱਖਾਂ ਨੀਵੀਆਂ ਕਰਨੀਆਂ ਪੈਣ ਸੱਭਿਆਚਾਰਕ ਫਿਲਮ ਆ ਇਹ ਪੰਜਾਬ ਦੇ ਕਲਚਰ ਨੂੰ ਜਿਹੜਾ ਪਿਛਲਾ ਸਾਡਾ ਜਿਹੜੇ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਉਹਨਾਂ ਗੱਲਾਂ ਬਾਰੇ ਉਹਨਾਂ ਗੱਲਾਂ ਬਾਰੇ ਜਿਹੜਾ ਪਿੱਛੇ ਜਿਹੜਾ ਸੀਗਾ ਰੀਤੀ ਰਿਵਾਜ ਚੱਲਦੇ ਸੀ ਪੁਰਾਣੇ ਸੱਭਿਆਚਾਰਕ ਉਹਨਾਂ ਨੂੰ ਦਰਸਾਉਂਦੀ ਵਧੀਆ ਫਿਲਮ ਹਾਂਜੀ ਬਹੁਤ ਵਧੀਆ ਪਰਿਵਾਰਕ ਫਿਲਮ ਹੈ ਹਾਂਜੀ ਜੋ ਸਾਡੇ ਪੁਰਾਣੇ ਰੀਤੀ ਰਿਵਾਜ ਸਾਡਾ ਕਲਚਰ ਉਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਿਆਨ ਕੀਤਾ ਗਿਆ ਜੋ ਪਰਿਵਾਰਕ ਸਾਂਝ ਸੀਗੀ ਜਿਹੜੀ ਅੱਜ ਕੱਲ੍ਹ ਦੇਖਣ ਨੂੰ ਨਹੀਂ ਮਿਲਦੀ ਉਹ ਬਹੁਤ ਪੁਰਾਣਾ ਵਿਰਸਾ ਸਾਡਾ ਕਿੰਨੇ ਮਾਰਕਸ ਦੋਗੇ ਇਸ ਫਿਲਮ ਨੂੰ ਅਗਰ 10 ਦੇ ਵਿੱਚ ਕਹੀ ਤੁਹਾਨੂੰ ਕਿੰਨੇ ਮਾਰਕਸ ਦੋਗੇ 8 ਯਾਨੀ ਕਿ ਬਹੁਤ ਵਧੀਆ ਬਹੁਤ ਵਧੀਆ ਬਹੁਤ ਹੀ ਵਧੀਆ ਮੁੰਡੇ ਉਸ ਤਰ੍ਹਾਂ ਦੇਖੀ ਜੀ ਅੱਛਾ ਜੀ ਕਿਸ ਤਰ੍ਹਾਂ ਲੱਗਦਾ ਬਹੁਤ ਅੱਛੀ ਮੂਵੀ ਆ ਅੱਛਾ ਜੀ ਗਿੱਪੀ ਗਰੇ ਮਤਲਬ ਵਧੀਆ ਲੱਗਿਆ ਜੀ ਤੁਹਾਨੂੰ ਇੱਕ ਤਾਂ ਪੁਰਾਣਾ ਕਲਚਰ ਸਾਡਾ ਦੇਖਣ ਨੂੰ ਮਿਲਦਾ ਵਾ ਓਕੇ ਸੈਕੰਡਲੀ ਸਾਫ ਸੁਥਰੀ ਮੂਵੀ ਅੱਜ ਕੱਲ੍ਹ ਪੰਜਾਬੀ ਬਣਦੀਆਂ ਹੈਗੀਆਂ ਅੱਛਾ ਜੀ ਫੈਮਿਲੀ ਨਾਲ ਅਸੀਂ ਦੇਖ ਸਕਦੇ ਹਾਂ ਸੈਕੰਡਲੀ ਗਿੱਪੀ ਗਰੇ ਬਹੁਤ ਸੋਲ ਚੁੱਕਿਆ ਵਾ ਪ੍ਰੋਡਿਊਸਰ ਬਣ ਗਿਆ ਹੁਣ ਐਕਟਰ ਵੀ ਖੁਦ ਹੈਗਾ ਵਾ ਤੇ ਅੱਛੀ ਬਣਾਉਂਦੇ ਆ ਕਲਚਰ ਤੇ ਬਣਾਉਂਦੇ ਆ ਖਰਚਾ ਵੀ ਨਹੀਂ ਬਹੁਤ ਜ਼ਿਆਦਾ ਹੈਗਾ ਪਰ ਮੂਵੀ ਬਹੁਤ ਅੱਛੀ ਆ ਲੋਕ ਇੰਜੋਏ ਕਰਦੇ ਆ ਓਕੇ ਤੁਹਾਡੇ ਹਿਸਾਬ ਨਾਲ ਮਤਲਬ ਕਿ ਅਗਰ ਤੁਸੀਂ ਨੰਬਰ ਦਿਓ ਤਾਂ ਕਿੰਨੇ ਨੰਬਰ ਦਿਓਗੇ ਇਸ ਫਿਲਮ ਨੂੰ ਮੈਂ ਤਾਂ 10 ਵਜੇ 9 ਵੀ ਦੇ ਦਾਂ ਓਕੇ ਓਕੇ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਮੂਵੀ ਦੇਖਿਆ ਤੁਸੀਂ ਥੈਂਕ ਯੂ ਕਿਹੜੀ ਫਿਲਮ ਦੇਖਿਆ ਸਰ ਅੱਜ ਕਿਹੜੀ ਹੁਣ ਫਿਲਮ ਦੇਖੀ ਮੰਜੇ ਵਿਸਤਰੇ ਓਕੇ ਕਿੱਧਰ ਲੱਗੀ ਸਰ ਫਿਲਮ ਤੁਹਾਨੂੰ ਇਹ ਫਿਲਮ ਬਹੁਤ ਹੀ ਵਧੀਆ ਲੱਗੀ ਓਕੇ ਪੂਰਾ ਮਨ ਜਾਨੀ ਖੁਸ਼ ਪੁਰਾਣਾ ਮਤਲਬ ਤੁਹਾਨੂੰ ਪੰਜਾਬ ਯਾਦ ਆ ਗਿਆ ਪੁਰਾਣਾ ਖੁਸ਼ ਹੋ ਗਿਆ ਮਨ ਖੁਸ਼ ਹੋ ਗਿਆ ਦੇਖ ਕੇ ਓਕੇ ਚਾਹੇ ਹੋਰ ਫਿਲਮਾਂ ਕਿੰਨੀਆਂ ਵੀ ਬਣਦੀਆਂ ਪਰ ਮੇਰੇ ਖਿਆਲ ਦੇ ਮੁਤਾਬਕ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਫਿਲਮ ਹੈ 10 ਵਿੱਚੋਂ ਕਿੰਨੇ ਨੰਬਰ ਦੋਗੇ ਸਾਰਿਆਂ ਨੂੰ 9.5 ਦੇ 9.5 ਯਾਨੀ ਕਿ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਓਕੇ ਓਕੇ ਕਮੇਡੀ ਸਾਰੇ ਫਿਲਮ 'ਚ ਕਿੱਦਾਂ ਦੀ ਲੱਗੀ ਕਮੇਡੀ ਵੀ ਬਹੁਤ ਹੀ ਵਧੀਆ ਸੀ ਅੱਛਾ ਅੱਛਾ ਯਾਨੀ ਪੂਰੀ ਸਟੋਰੀ ਸੀ ਜਿਹੜੀ ਪਿਛਲੇ ਸਮੇਂ 'ਚ ਗਿੱਪੀ ਜੀ ਨੇ ਸਭ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਪਿਛਲੇ ਸਮੇਂ 'ਚ ਮਤਲਬ ਜਿਵੇਂ ਹੁੰਦਾ ਸੀ ਉਸੇ ਤਰ੍ਹਾਂ ਹੀ ਹੋਇਆ ਓਕੇ ਓਕੇ ਕੋਈ ਨਕਲੀ ਨਹੀਂ ਸੀ ਅਸਲੀ ਸੀ ਸਭ ਕੁਝ ਅਸਲੀ ਦਿਖਾਈ ਹੈ ਅਸਲੀ ਸੀ ਓਕੇ ਮੰਜੇ ਬਿਸਤਰੇ ਦੇਖੇ ਜੀ ਬਹੁਤ ਅੱਛੀ ਆ ਅੱਛਾ ਜੀ ਇਹਦੇ 'ਚ ਕੀ ਮਤਲਬ ਤੁਹਾਨੂੰ ਚੰਗਾ ਲੱਗਿਆ ਸਰ ਆਪਣਾ ਪੰਜਾਬੀ ਕਲਚਰ ਜੋ ਅੱਛੀ ਅੱਛੀ ਮਜ਼ਾਕ ਵੀ ਬਹੁਤ ਅੱਛਾ ਲੱਗਾ ਇਹਦੇ 'ਚ ਓਕੇ ਓਕੇ ਮਤਲਬ ਕਿ ਇੱਕ ਅੱਛੀ ਜਿਹਨੂੰ ਪੂਰੀ ਇੱਕ ਵਧੀਆ ਤਰੀਕੇ ਦੀ ਫਿਲਮ ਬਣੀ ਹੈ ਵਧੀਆ ਤਰੀਕੇ ਦੀ ਜਿਹਨੂੰ ਸਾਰਾ ਘਰ ਪਰਿਵਾਰ 'ਚ ਬੈਠ ਕੇ ਦੇਖਿਆ ਹਾਂ ਸਭ ਨੂੰ ਦੇਖ ਸਕਦੇ 10 ਵਿੱਚੋਂ ਕਿੰਨੇ ਮਾਰਕਸ ਦੋਗੇ ਇਸ ਫਿਲਮ ਨੂੰ 10 ਵਿੱਚੋਂ 8 ਤਾਂ ਦੇਵਾਂਗੇ ਓਕੇ ਯਾਨੀ ਕਿ ਬਹੁਤ ਵਧੀਆ ਲੱਗੀ ਹਾਂ ਬਹੁਤ ਵਧੀਆ ਲੱਗੀ ਕਮੇਡੀ ਵਿੱਚ ਕਮੇਡੀ ਵੀ ਬਹੁਤ ਅੱਛੀ ਸੀ ਓਕੇ ਹਾਂ ਕੋਈ ਮੈਸੇਜ ਦੇਣਾ ਹੋਵੇ ਤੁਸੀਂ ਹਾਂਜੀ ਗਿੱਪੀ ਗਰੇਵਾਲ ਜੀ ਨੂੰ ਗਿੱਪੀ ਗਰੇਵਾਲ ਜੀ ਨੂੰ ਮੈਸੇਜ ਆਈ ਹੈ ਵੀ ਉਹਨਾਂ ਦੀ ਫਿਲਮ ਬਹੁਤ ਅੱਛੀ ਆ ਔਰ ਆਉਣ ਵਾਲੇ ਟਾਈਮ 'ਚ ਵੀ ਇਹ ਜਿਹੀ ਫਿਲਮ ਬਣਾਉਣ ਉਹ ਤਾਂ ਕਿ ਪੰਜਾਬੀ ਕਲਚਰ ਸਾਨੂੰ ਯਾਦ ਰਹੇ ਯੈਸ ਸਹੀ ਗੱਲ ਹਾਂਜੀ ਹਾਂ ਥੈਂਕ ਯੂ ਜੀ